ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂ ਜੀ ਸਰ, ਇਹਦਾ ਸਿਰ ਜ਼ਿਆਦਾ ਖਰਾਬ ਹੋਇਆ ਜੀ। ਦਿਖਾਓ ਜਰਾ। ਅੱਛਾ ਜੀ, ਅੱਛਾ ਜੀ। ਇਹਨਾਂ ਦੇ ਇੰਜੈਕਸ਼ਨ ਕਿਤੇ ਲੱਗਾ ਸੀ ਪਹਿਲਾਂ? ਇੱਕ ਸਾਲ ਤੋਂ ਜ਼ਿਆਦਾ ਹੋ ਗਿਆ। ਅਤੇ ਹੁਣ ਦਵਾਈ ਕਿਹੜੀ ਚੱਲ ਰਹੀ ਹੈ? ਐਮ ਐਮ ਐਫ ਅਤੇ ਮੈਡਰੋਲ। ਕਿੰਨੀ? ਇੱਕ ਟੈਬਲੇਟ ਸਵੇਰੇ ਇੱਕ ਸ਼ਾਮੀ। ਅੱਛਾ, ਇਸ ਤਰ੍ਹਾਂ ਕਰੋ, ਕਿੰਨੇ ਮਿਲੀਗ੍ਰਾਮ ਦੀ? 16 ਐਮਜੀ ਦੀ। 16 ਐਮਜੀ ਦੀ ਉਹ ਇੱਕ ਤੇ ਮੈਡਰੋਲ ਦੀ ਗੋਲੀ ਜਿਹੜੀ ਹੈ ਨਾ, ਘਟਾਓ। ਠੀਕ ਹੈ। 8 ਮਿਲੀਗ੍ਰਾਮ ਖਾਓ ਸਵੇਰੇ, ਦੁਪਹਿਰ, ਸ਼ਾਮ, ਤਿੰਨ ਟਾਈਮ। ਠੀਕ ਹੈ ਜੀ। ਠੀਕ ਹੈ। ਔਰ ਦੂਸਰੀ ਗੱਲ ਇਹ ਹੈ, ਐਮ ਐਮ ਐਫ ਜਿਹੜੀ S365 ਹੈ ਉਹ ਸਵੇਰੇ ਸ਼ਾਮ ਦਿਓ। ਠੀਕ ਹੈ। ਹਾਂ ਜੀ, ਦਿਖਾਓ ਦਿਖਾਓ। ਕੋਈ ਨਹੀਂ, ਇਹਦੇ 'ਚ ਟਿਊਬ ਦੱਸ ਦਿੰਦਾ ਮੈਂ, ਉਹ ਲਗਾ ਲਓ ਟੋਪੀਨੇਟ। ਮੈਂ ਲਿਖ ਕੇ ਭੇਜ ਦਾਂਗਾ, ਮੈਂ ਹੁਣੇ ਲਿਖ ਕੇ ਭੇਜ ਦਿੰਦਾ, ਮੈਂ ਸਾਰੀ ਦਵਾਈਆਂ ਲਿਖ ਕੇ ਭੇਜ ਦਿੰਦਾ ਤੁਹਾਨੂੰ। ਠੀਕ ਹੈ। ਔਰ ਜਿਹੜਾ ਹੈ ਇੰਜੈਕਸ਼ਨ ਨਹੀਂ ਹਲੇ ਲਗਾਉਣਾ, ਇੱਕ ਹੋਰ ਇੰਜੈਕਸ਼ਨ ਦੱਸ ਦਿੰਦਾ, ਉਹ ਅੱਜ ਲਵਾ ਦੇਣਾ। ਠੀਕ ਹੈ। ਔਰ ਫੀ ਤੁਸੀਂ ਪੇ ਕਰਤੀ ਹੈ ਇਹਦੇ 'ਤੇ? ਅੱਛਾ, ਉਹ ਮੈਨੂੰ ਉਹਦਾ ਸਕਰੀਨ ਸ਼ਾਟ ਭੇਜ ਦਿਓ। ਠੀਕ ਹੈ। ਹੋਰ ਕੋਈ ਸਵਾਲ ਹੈ ਮਨ 'ਚ? ਇੱਕ ਗੱਲ ਧਿਆਨ ਰੱਖਣੀ ਹੈ ਵੀ ਘਰੋਂ ਬਾਹਰ ਬਿਲਕੁਲ ਨਹੀਂ ਨਿਕਲਣਾ, ਜੋ ਮਰਜ਼ੀ ਹੋ ਜਾਏ। ਕਰੋਨਾ ਇਜ਼ ਮੋਰ ਡੈਡਲੀ ਦੈਨ ਦਿਸ ਡਿਜ਼ੀਜ਼। ਠੀਕ ਹੈ। ਉਹਦੇ ਉਸ ਤੋਂ ਬਚਣਾ ਜ਼ਿਆਦਾ ਜ਼ਰੂਰੀ ਹੈ। ਠੀਕ ਹੈ। ਹੋਰ ਕੋਈ ਸਵਾਲ ਤਾਂ ਨਹੀਂ ਹੈ? ਬਸ, ਥੈਂਕ ਯੂ ਸਰ, ਥੈਂਕ ਯੂ। ਚਲੋ, ਵੈਲਕਮ ਵੈਲਕਮ।